ਸੀ ਇਹਨਾਂ ਨੂੰ ਟੈਂਪਰੇਚਰ ਕਿੰਨਾ ਚਾਹੀਦਾ ਰੂਮ ਟੈਂਪਰੇਚਰ ਇਹਨਾਂ ਨੂੰ ਸਰ ਆਪਣਾ ਚਾਹੀਦਾ ਵਾ ਕੋਈ 38 ਤੋਂ 40 4 ਤੋਂ 5 ਘੰਟੇ ਭੁੱਖਾ ਰੱਖਣਾ ਜੀ ਪਹਿਲੇ ਇਹਨਾਂ ਨੂੰ ਆਪਣਾ ਜਿਸ ਵੇਲੇ ਆਉਣਾ ਵਾ ਲਿਆ ਕੇ ਰੱਖਣੇ ਅੱਧੇ ਪੌਣੇ ਘੰਟੇ ਬਾਅਦ ਇਹਨਾਂ ਨੂੰ ਪਾਣੀ ਦੇਣਾ ਸਦੀ ਆਸਾ ਵਾ ਕਿ ਉਹਦੀ ਸਫਾਈ ਹੋ ਜਾਏਗੀ ਜਿਸ ਵੇਲੇ ਆਪਾਂ ਬੱਚੇ ਨੂੰ ਕੋਈ ਜਲਾਬ ਨਹੀਂ ਦੇ ਦਿੰਦੇ ਸਿਰਫ ਪਾਣੀ ਦੇਣਾ ਔਰ ਇਹਨਾਂ ਨੂੰ ਹਰਕਤ ਦੇ ਵਿੱਚ ਰੱਖਣਾ ਮੂਵ ਰਹਿਣ ਵਾਰਮ ਅਪ ਰੱਖਣਾ ਇਹਨਾਂ ਨੂੰ ਹਾਂਜੀ ਰਹੀ ਨਾਜ਼ਰੀ ਤੁਸੀਂ ਵੇਖ ਰਹੇ ਹੋ ਸ਼ਹੀਨ ਆਫ ਏਸ਼ੀਆ ਔਰ ਮੈਂ ਤੁਹਾਡਾ ਵੀਰ ਸ਼ਹਿਬਾਜ਼ ਸ਼ਹੀਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਇਹ ਪਿੰਡ 244 ਗਾਬੇ ਅਵਾਮੀ ਵਾਲੀ ਮੂੰਗੀ ਬੰਗਲਾ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੇਕ ਸਿੰਘ ਇੱਥੇ ਸਾਡੇ ਮੁਹਤਰਮ ਚੌਰੀ ਅਬਾਸ ਖੱਲ ਸਾਹਿਬ ਇਹਨਾਂ ਨੇ ਬਟੇਰ ਫਾਰਮ ਬਣਾਇਆ ਇਹ ਚੂਜ਼ਾ ਬਟੇਰ ਪਾਲ ਰਹੇ ਆ ਅਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਬਟੇਰ ਨੂੰ ਪਾਲਣ ਵਾਸਤੇ ਕਿੰਨਾ ਕਿੰਨਾ ਮਰਹਲ ਚੋਂ ਗੁਜ਼ਰਨਾ ਪੈਂਦਾ ਔਰ ਇਹਨਾਂ ਨੂੰ ਕਿਸ ਤਰ੍ਹਾਂ ਕਰਕੇ ਪਾਲਿਆ ਜਾਂਦਾ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਭਾਈ ਜੀ ਠੀਕ ਜੀ ਅਲਹਮਦੁਲਿਲਾ ਔਰ ਸੁਣਾਓ ਜੀ ਤੁਸੀਂ ਠੀਕ ਠਾਕ ਜੀ ਮਾਸ਼ਾਅੱਲਾ ਸ਼ੁਕਰ ਅਲਹਮਦੁਲਿਲਾ ਸ਼ੁਕਰ ਅੱਛਾ ਚੁਰ ਸਾਹਿਬ ਜਦੋਂ ਤੁਸੀਂ ਇਹ ਬਟੇਰ ਲੈ ਕੇ ਆਉਂਦੇ ਹੋ ਹੈਚਰੀ ਚੋਂ ਜੀ ਜੀ ਤੇ ਉਹ ਕਿੰਨਾ ਮਰਹਲ ਚੋਂ ਤੁਸੀਂ ਗੁਜ਼ਰਦੇ ਹੋ ਜਿਹਦੇ ਨੂੰ ਲੈ ਕੇ ਆਉਂਦੇ ਆ ਤੇ ਇਹ ਮੈਂ ਵੇਖ ਰਿਹਾ ਤੁਸੀਂ ਤੇ ਹੀਟਰ ਵੀ ਲਾਏ ਆ ਟੈਂਪਰੇਚਰ ਨੂੰ ਇੱਕ ਮਖਸੂਸ ਕੀਤਾ ਗਿਆ ਜੀ ਜੀ ਪਹਿਲੇ ਦਿਨ ਦੇ ਬੱਚੇ ਨੂੰ ਕਿੰਨਾ ਟੈਂਪਰੇਚਰ ਚਾਹੀਦਾ ਪਹਿਲੇ ਦਿਨ ਬੱਚੇ ਨੂੰ ਅਸੀਂ ਜਿਸ ਵੇਲੇ ਲੈ ਕੇ ਆਉਂਦੇ ਹਾਂ ਜੀ ਉਹਦੇ ਆਉਣ ਤੋਂ ਪਹਿਲੇ ਟੈਂਪਰੇਚਰ ਦਾ ਪੂਰਾ ਕੀਤਾ ਹੁੰਦਾ 38 ਤੋਂ 40 ਅੱਛਾ ਜੀ ਇਸ ਜਾਣ ਕੇ ਕਮਰੇ ਦਾ ਨਾ ਸ਼ੈੱਡ ਦਾ ਇਹ ਸ਼ੈੱਡ ਦਾ 38 ਤੋਂ 40 ਤੱਕ ਅਸੀਂ ਟੈਂਪਰੇਚਰ ਦਾ ਪੂਰਾ ਕਰਕੇ ਫਿਰ ਜਾਨਵਰ ਵਿੱਚ ਪਾਈਦਾ ਵਾ ਠੀਕ ਬਾਹਰੋਂ ਪਿੱਛੋਂ ਜਦੋਂ ਲੈ ਕੇ ਆਈਦਾ ਗੱਡੀ 'ਚੋਂ ਅੱਛਾ ਜੀ ਹਾਂਜੀ ਉਸ ਵੇਲੇ ਇੱਥੇ ਫਿਰ ਉਹਨੂੰ ਇੱਥੇ ਲਿਆ ਕੇ ਭੇਜੀ ਕਰਦੀ ਆ ਉਹਦਾ ਟੈਂਪਰੇਚਰ 40 ਤੱਕ ਹੁੰਦਾ ਅੱਛਾ 38 ਤੋਂ 40 ਟੈਂਪਰੇਚਰ ਤੁਸੀਂ ਰੂਮ ਦਾ ਰੱਖ ਕੇ ਜੀ ਜੀ ਫਿਰ ਇਹਦੇ ਵਿੱਚ ਚੂਜ਼ਾ ਲੈ ਕੇ ਆਉਂਦੇ ਹੋ ਜੀ ਜੀ ਅੱਛਾ ਜਦੋਂ ਚੂਜ਼ਾ ਇੱਥੇ ਆਉਂਦਾ 38 ਤੋਂ 40 ਟੈਂਪਰੇਚਰ ਦੇ ਵਿੱਚ ਉਹਨੂੰ ਤੁਸੀਂ ਖੁਰਾਕ ਕਿਵੇਂ ਸ਼ੁਰੂ ਕਰਦੇ ਜਾਂ ਆਉਂਦੇ ਹੀ ਤੁਸੀਂ ਕੀ ਦਿੰਦੇ ਆ ਖੁਰਾਕ ਤੋਂ ਅਵਾਈਡ ਕਰਦੇ ਆ ਜਾਂ ਆਉਂਦੇ ਹੀ ਖੁਰਾਕ ਦਿੰਦੇ ਆ ਖੁਰਾਕ ਜਿਹੜੀ ਆ ਉਹਨੂੰ ਤਕਰੀਬਨ 5-6 ਘੰਟੇ ਬਾਅਦ ਦੇਈਦੀ ਆ 5-6 ਘੰਟੇ ਕੋਈ ਚੀਜ਼ ਨਹੀਂ ਦਿੰਦੇ ਨਹੀਂ ਨਹੀਂ ਪਾਣੀ ਪਿਲਾਉਣਾ ਜੀ ਪਾਣੀ ਸਿੰਪਲ ਬਣਾਉਣਾ ਕੋਈ ਵੈਕਸੀਨ ਪਾਉਣੀ ਆ ਵੈਕਸੀਨ ਚੀਨੀ ਪਾ ਕੇ ਨਾ ਖੋਲ ਕੇ ਜੀ ਜੀ ਉਹ ਜਿਹੜੀ ਆ ਅੱਧੇ ਪੌਣੇ ਘੰਟੇ ਬਾਅਦ ਚੀਨੀ ਖੋਲ ਕੇ ਜੀ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਤੇ ਉਹ ਅੱਗੇ ਇਹਨਾਂ ਦੇ ਰੱਖ ਦੇਣੀ ਆ ਅੱਛਾ ਜੀ ਉਹ ਇਹਨਾਂ ਨੇ ਪੀਣੀ ਆ ਔਰ ਸਾਈਡਾਂ ਤੇ ਲੱਗੇ ਹੁੰਦੇ ਆ ਇਦਾਂ ਹਲਾਈ ਰੱਖਣੇ ਆ ਉਹਨਾਂ ਨੇ ਆਪੋ ਆਪ ਜਾ ਕੇ ਇਹਨਾਂ ਨੂੰ ਪੀ ਲੈਣੀ ਆ ਅੱਛਾ ਜੀ ਹਾਂਜੀ ਉਹ ਸਾਰੀ ਪਿਲਾਉਣੀ ਆ ਉਹਨਾਂ ਨੂੰ ਜਿਹੜਾ ਬਚ ਗਿਆ ਉਹ ਪਾਣੀ ਜੀ ਵੀ ਵੇਖ ਲੈ ਵੀ ਠੀਕ ਆ ਉਸ 4-5 ਘੰਟੇ ਹੋ ਗਏ ਉਹ ਫਿਰ ਪਾਣੀ ਬਾਹਰ ਕੱਢ ਦੇਣਾ ਅੱਛਾ ਸਿਰਫ ਪਾਣੀ ਪਿਲਾਉਣਾ ਨਾਲ ਕੋਈ ਹੋਰ ਵੀ ਕੋਈ ਅਮਲ ਕਰਨਾ ਨਹੀਂ ਉਸ ਤੋਂ ਪਹਿਲੇ ਕੁਝ ਨਹੀਂ ਕਰਨਾ ਫਿਰ 5-6 ਘੰਟੇ ਬਾਅਦ ਇਹਨੂੰ ਖੁਰਾਕ ਦੇਣੀ ਹੈ ਉਹ ਜਦੋਂ ਪਾਣੀ ਪਿਲਾ ਕੇ ਇਹਨਾਂ ਨੂੰ ਮੂਵ ਰੱਖਣਾ ਹਾਂਜੀ ਫਿਰ ਇਹਨਾਂ ਨੂੰ ਆਪਣਾ ਤੁਰੀ ਰੱਖਣਾ ਵਾ ਇਹਨੂੰ ਭਜਾਈ ਰੱਖਣਾ ਯਾਨੀ ਬਹਿਣ ਨਹੀਂ ਦੇਣਾ ਬਹਿਣ ਨਹੀਂ ਦੇਣਾ ਇੱਕ ਦੂਜੇ ਦੇ ਉੱਪਰ ਨਾ ਬੈਠਣ ਕਿਉਂਕਿ ਇਹ ਆ ਮੁੜ ਕੇ ਇਹਨਾਂ ਦੀ ਜਿਹੜੀ ਇਹਨਾਂ ਪਾਣੀ ਪੀਤਾ ਹੁੰਦਾ ਮਿੱਠਾ ਜੀ ਉਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਸਫਾਈ ਟੋਟਲ ਆਪਣੇ ਪੇਟ ਦੀ ਜੀ ਜੀ ਸਾਫ਼ ਹੋ ਜਾਂਦੀ ਹੈ ਅੱਛਾ ਇਹਨਾਂ ਦਾ ਮੂਵ ਰਹਿਣਾ ਵਾਰਮ ਅਪ ਰਹਿਣਾ ਬਹੁਤ ਜ਼ਰੂਰੀ ਹੁੰਦਾ ਜ਼ਰੂਰੀ ਹੈ ਜੀ ਜ਼ਰੂਰੀ ਅੱਛਾ ਇਸ ਤੋਂ ਬਾਅਦ 5-6 ਘੰਟੇ ਤੁਸੀਂ ਬਾਅਦ ਚ ਖੁਰਾਕ ਦਾ ਇਹਨਾਂ ਦਾ ਸ਼ਡਿਊਲ ਬਣਾਉਂਦੇ ਆ ਜੀ ਜੀ ਅੱਛਾ ਇਹਨਾਂ ਨੂੰ ਜਦੋਂ ਤੁਸੀਂ ਖੁਰਾਕ ਦਿੰਦੇ ਆ ਰੂਟੀਨ ਦੇ ਵਿੱਚ ਆ ਜਾਂਦੇ ਆ ਬਾਅਦ ਦੇ ਵਿੱਚ ਰੂਟੀਨ ਨਾਲ ਖੁਰਾਕ ਦਿੰਦੇ ਆ ਕਿਹੜੀ ਵੈਕਸੀਨ ਦਿੰਦੇ ਆ ਇਹਨਾਂ ਨੂੰ ਤੁਸੀਂ ਆਪਣਾ ਕੋਈ ਕੈਪਸੂਲ ਕੋਈ ਗੋਲੀ ਕੋਈ ਸੀਰਪ ਅਸੀਂ ਤਕਰੀਬਨ ਕੋਈ ਵੀ ਨਹੀਂ ਅਸੀਂ ਆ ਜਿਹੜਾ ਨਾ ਕੋਈ ਸੀਰਪ ਆ ਨਾ ਪੈਨਾਡੋਲ ਜਾਂ ਦਵਾ ਕੋਈ ਵੀ ਸੀਰਪ ਆ ਬੱਚਿਆਂ ਨੂੰ ਦੇਣ ਵਾਸਤੇ ਆਪਣਾ ਘਰੇਲੂ ਵੀ ਆਪਾਂ ਇਸਤੇਮਾਲ ਕਰਦੇ ਹਾਂ ਪਿਛਲਾ ਜਾਨਵਰਾਂ ਦਾ ਦੇਖ ਲੈਣਾ ਵਾ ਟੈਂਪਰੇਚਰ ਵੀ ਪੂਰਾ ਉਹ ਅਸੀਂ ਜਿਹੜਾ ਵਾ ਨਾ ਉਹ ਪਾਣੀ ਮਿਕਸ ਕਰਕੇ ਜੀ ਉਹ ਇਹਨਾਂ ਨੂੰ ਅਸੀਂ ਪਿਲਾ ਦਿੰਦੇ ਹਾਂ ਅੱਛਾ ਜੀ ਹਾਂਜੀ ਉਹ ਮਾਸ਼ਾਅੱਲਾ ਪੀ ਕੇ ਆ ਜਾਨਵਰ ਤੁਹਾਡੇ ਸਾਹਮਣੇ ਆ ਮਾਸ਼ਾਅੱਲਾ ਬਿਲਕੁਲ ਸਿਹਤ ਆ ਪੂਰੀ ਇਹ ਕਿੰਨੇ ਦਿਨਾਂ ਦੇ ਨੇ ਜੀ ਇਹ 14 ਦਿਨ ਦਾ ਅੱਜ ਹੋ ਗਿਆ ਆ 14 ਦਿਨ ਦਾ ਹੋ ਗਿਆ ਇਹ ਤੁਹਾਡਾ ਕਿੰਨੇ ਦਿਨ ਰੱਖਣ ਦਾ ਹਿਸਾਬ ਆ ਕਿ ਕਿੰਨੇ ਦਿਨ ਤੁਸੀਂ ਇਹਨੂੰ ਰੱਖਣਾ 14 ਦਿਨ ਤਾਂ ਤਕਰੀਬਨ ਸਾਡਾ ਪਿੱਛੇ ਦਿਨ ਇਹਦੇ 10-11 ਦਿਨ ਹੋਰ ਰੱਖਣ ਦਾ ਪ੍ਰੋਗਰਾਮ ਆ ਜਾਣੀ 25 ਤੋਂ 28 ਦਿਨ ਰੱਖਿਆ ਜਾਂਦਾ ਜੀ ਜੀ ਅੱਛਾ ਤੇ ਇਥੇ ਦੌਰਾਨ ਦੇ ਵਿੱਚ ਜਦੋਂ ਤੁਸੀਂ ਇਹਨੂੰ ਸੇਲ ਕਰਨਾ ਕਿੰਨਾ ਵਜ਼ਨ ਕਰਨਾ ਇਹਨਾਂ ਦਾ ਕਿੰਨਾ ਵੇਟ ਹੋਣਾ ਚਾਹੀਦਾ ਵਜ਼ਨ ਇਹਦਾ ਕਮ ਸੇ ਕਮ ਜਿਹੜਾ ਵਾ 100 ਗ੍ਰਾਮ ਤਾਂ ਹੋਣਾ ਚਾਹੀਦਾ ਅੱਛਾ ਜਾਣੀ ਤੁਸੀਂ 25 ਤੋਂ 26 ਦਿਨਾਂ ਦੇ ਵਿੱਚ 100 ਗ੍ਰਾਮ ਇਹਨਾਂ ਦਾ ਵਜ਼ਨ ਕਰਨਾ ਜੀ ਅੱਛਾ ਜੀ 100 ਗ੍ਰਾਮ ਇਹਦਾ ਵਜ਼ਨ ਦੇਣਾ ਜੀ ਕਰ ਲਾਂ ਇਨਸ਼ਾਅੱਲਾ ਹੋ ਜਾਂਦਾ ਵਾ 100 ਗ੍ਰਾਮ ਦੀ 100 ਤੋਂ ਜ਼ਿਆਦਾ ਵੀ ਹੋ ਜਾਂਦਾ ਅੱਛਾ ਜੀ ਲੇਕਿਨ 100 ਗ੍ਰਾਮ ਅਸੀਂ ਇਹਦਾ ਵਜ਼ਨ ਜਿਹੜਾ ਵਾ ਉਹ ਹੋ ਜਾਣਾ ਤੇ ਅਸੀਂ ਇਹਨਾਂ ਨੂੰ ਸੇਲ ਕਰਨੇ ਸ਼ੁਰੂ ਕਰ ਦਿੰਦੇ ਆ ਅੱਛਾ ਇਹ ਸੇਲ ਕਰਨ ਵਾਸਤੇ ਤੁਸੀਂ ਇਹਨਾਂ ਨੂੰ ਇੱਥੇ ਪਰਚੂਨ ਦੇ ਹਿਸਾਬ ਨਾਲ ਵੀ ਸੇਲ ਕਰਦੇ ਜਾਂ ਕਿ ਵੱਡੇ ਵਪਾਰੀ ਡੀਲਰ ਤੁਹਾਡੇ ਕੋਲੋਂ ਚੁੱਕਦੇ ਆ ਅਸੀਂ ਪਰਚੂਨ ਦੇ ਹਿਸਾਬ ਨਾਲ ਵੀ ਕਰਦੇ ਆ ਸਾਡੇ ਤੋਂ ਡੀਲਰ ਜਿਹੜੇ ਵੱਡੇ ਵੀ ਲਾਹੌਰ ਵੀ ਸਾਡੀ ਗੱਲਬਾਤ ਚੱਲਦੀ ਆ ਗੁਜਰਾਂ ਵਾਲੇ ਵੀ ਚੱਲ ਰਹੀ ਆ ਅੱਛਾ ਜੀ ਸਾਡੇ ਕੋਲ ਉਹ ਵੀ ਆਣ ਕੇ ਮਾਲ ਲਿਜਾ ਸਕਦੇ ਆ ਅੱਛਾ ਜੀ ਤੇ ਉਹਨਾਂ ਦਾ ਅੱਗੇ ਬੁੱਕ ਵੀ ਹੋਇਆ ਸੀ ਸਾਡੇ ਕੋਲ ਅੱਛਾ ਜੀ ਤੇ ਇਹ ਆ ਕਿ ਅਸੀਂ ਪਰਚੂਨ ਵੀ ਜਿਹੜਾ ਵਾ ਉਹ ਵੀ ਕੋਈ 10 20 50 100 ਕੋਈ ਚਵੇ ਤੇ ਅਸੀਂ ਉਹ ਵੀ ਦਿੰਦੇ ਆ ਅੱਛਾ ਇਹ 100 ਗ੍ਰਾਮ ਦਾ ਦੱਸਣਾ ਪਸੰਦ ਕਰੋਗੇ ਕੀ ਰੇਟ ਤੁਹਾਡਾ ਆਪਣਾ 100 ਗ੍ਰਾਮ ਦੇ ਚੂਜ਼ੇ ਦਾ 100 ਗ੍ਰਾਮ ਦਾ ਤਕਰੀਬਨ ਸਾਨੂੰ ਤਿਆਰ ਕਰਕੇ ਜਿਹੜਾ ਨਾ 70 ਤੋਂ 75 ਰੁਪਏ ਤੱਕ ਇਹ ਤਾਂ ਤੁਹਾਡੀ ਲਾਗਤ ਆ ਗਈ ਨਾ ਜਾਣ ਕੇ ਨਹੀਂ ਸਾਡਾ ਸੇਲ ਜਿਹੜਾ ਵਾ ਉਹ 70 75 ਰੁਪਏ ਤੱਕ ਸਾਡਾ ਜਿਹੜਾ ਵਾ ਹੋ
100 ग्राम का जरा चूचा साढ़े को जानवर हो गया ना जी जी असी ओनू 75 रुपए तक तहसील गोजरा जिला टोबा टेक सिंह किसी भी दोस्त नूं शादी ब्याह जां किसी भी इवेंट दे उत्ते जरूरत होवे बटेर दी ते इन्हां दे कोलों तुसीं खरीद सकदे हो। अज तों 10 दिन बाद इन्हां ने इह जिहड़ा बैच आ सेल करना। 100 ग्राम वेट होएगा फी कस्टमर दा ते ओह दस रहे ने कि 70 तों 75 रुपए फी चूजा सेल करनगे 100 ग्राम दा। ते अगली वीडियो तक इजाजत दिओ जी, अपना बहुत ज्यादा ख्याल रखना, रब रखना।